ਸਾਡੇ ਕੋਲ ਕੰਪਲੇਂਟ ਦਿੱਤੀ ਸੀ ਜਿਸ ਪਰਚਾ ਜ਼ੀਰਕਪੁਰ ਥਾਣੇ ਦਰਜ ਹੋਇਆ ਕਿ ਅੰਕਿਤ ਰਾਣਾ ਨਾਮ ਦਾ ਇੱਕ ਗੈਂਗਸਟਰ ਹੈ ਹਰਿਆਣੇ ਦਾ, ਉਹਨਾਂ ਨੇ ਉਹਨੂੰ ਥਰੈਟ ਕੀਤਾ ਸੀ ਔਰ ਪੈਸੇ ਦੀ ਮੰਗ ਕੀਤੀ ਸੀ। ਉਹ 'ਚ ਐੱਫ ਆਈ ਆਰ ਦਰਜ ਕੀਤੀ ਗਈ ਸੀ 11 ਜੁਲਾਈ ਨੂੰ ਔਰ ਉਹਦੇ 'ਚ ਐਕਸਟੋਰਸ਼ਨ ਆਰਮਸ ਐਕਟ ਦੇ ਸਾਰੇ ਸੈਕਸ਼ਨ ਜਿਹੜੇ ਲਾਏ ਗਏ ਸੀ। ਉਸੇ ਸਿਲਸਿਲੇ 'ਚ ਅੱਜ ਪੁਲਿਸ ਨੇ ਇੱਥੇ ਟਰੈਪ ਲਾਇਆ ਹੋਇਆ ਸੀਗਾ ਔਰ ਉੱਥੇ 3 ਬੰਦੇ ਉਹ ਗੈਂਗਸਟਰ ਦੇ ਵੱਲੋਂ ਭੇਜੇ ਗਏ। ਸਾਡੀ ਜਦੋਂ ਪਾਰਟੀ ਉਹਨਾਂ ਨੇ ਦੇਖਿਆ ਤਾਂ ਉਹਨਾਂ ਨੇ ਪਹਿਲਾਂ ਫਾਇਰ ਕੀਤਾ ਜਿਹੜਾ ਕਿ ਕੰਨ ਦੇ ਵਿੱਚ ਲੱਗਿਆ। ਉਹੀ ਜਦੋਂ ਮੁੰਡੇ ਸਾਡੇ ਨੇ ਸਕਫਲ ਦੇ ਵਿੱਚ ਅੱਗੇ ਆਏ ਇੱਕ ਮੁੰਡੇ ਦੇ ਸਿਰ 'ਚ ਵੱਟ ਮਾਰਿਆ, ਰਾਹੁਲ ਸਾਡਾ ਸਬ ਇੰਸਪੈਕਟਰ ਇੰਜਰਡ ਹੋਇਆ, ਉਹਦੇ ਹੈੱਡ ਇੰਜਰੀ ਹੈ। ਉਸ ਤੋਂ ਬਾਅਦ ਇਹਨਾਂ ਨੇ ਇੱਕ ਹੋਰ ਫਾਇਰ ਕੀਤਾ ਜਿਹੜਾ ਕਿ ਬੁਲਟ ਪਰੂਫ ਇੱਕ ਮੁੰਡੇ ਨੇ ਵੈਸਟ ਪਾਈ ਹੋਈ ਸੀ ਆਪਣੇ ਪੰਜਾਬ ਪੁਲਿਸ ਦੇ ਪਰਸਨੈਲ ਨੇ ਉਹਦੇ ਵਿੱਚ ਲੱਗੀ। ਉਸ ਤੋਂ ਬਾਅਦ ਇਹ ਓਵਰਪਾਵਰ ਸੀ ਅਤੇ ਜਦੋਂ ਮੁੰਡਿਆਂ ਨੇ ਵੀ ਜਵਾਬੀ ਫਾਇਰ ਕੀਤਾ ਪੁਲਿਸ ਨੇ ਆਪਣੇ ਬਚਾਅ ਵਾਸਤੇ ਸੈਲਫ ਡਿਫੈਂਸ, ਤਾਂ ਇੱਕ ਲੜਕੇ ਦੀ ਲੱਤ ਦੇ ਵਿੱਚ ਲੱਗੀ। ਜਿਹੜਾ ਮੁੰਡਾ ਇਹ ਰਣਵੀਰ ਨਾਮ ਦਾ ਬੰਦਾ ਹੈ ਇੰਜਰਡ ਹੋਇਆ, ਉਹਦੇ ਨਾਲ 2 ਮੁੰਡੇ ਹੋਰ ਨੇ, ਉਹ ਇਹ ਸਾਰੇ ਬਰਵਾਲੇ ਦੇ ਰਹਿਣ ਵਾਲੇ ਆ। ਲੰਮੀ ਪੁੱਛਗਿੱਛ ਤੋਂ ਇਹੀ ਇਹਨਾਂ ਨੇ ਦੱਸਿਆ ਕਿ ਸਾਨੂੰ ਇੱਥੇ ਉਹ ਪੈਸੇ ਲੈਣ ਵਾਸਤੇ ਅੰਕਿਤ ਨੇ ਭੇਜਿਆ ਸੀਗਾ ਜੋ ਹੋਟਲ ਓਨਰ ਤੋਂ। ਅੰਕਿਤ ਰਾਣੇ ਦਾ ਜੋ ਪਿਛੋਕੜ ਸਾਨੂੰ ਅਜੇ ਪੁੱਲੇ ਤੌਰ 'ਤੇ ਪਤਾ ਲੱਗਿਆ, ਉਹਦੇ ਖਿਲਾਫ਼ ਪਹਿਲਾਂ ਵੀ ਕਾਫ਼ੀ ਕੇਸ ਨੇ, ਬੇਲ 'ਤੇ ਹੈ, ਪੰਚਕੂਲੇ ਦੇ ਸੁਲਤਾਨਪੁਰ ਦਾ ਰਹਿਣ ਵਾਲਾ ਔਰ ਉਹ ਪਹਿਲਾਂ ਵੀ ਹੋਰ ਇੱਕ ਨਾਮੀ ਗੈਂਗਸਟਰ ਹੈ ਭੂਪੀ ਰਾਣਾ, ਉਹਦੇ ਗਰੁੱਪ ਵਾਸਤੇ ਕੰਮ ਕਰਦਾ। ਉਹ ਸਾਰੀ ਅਸੀਂ ਤਫਤੀਸ਼ ਜਿਹੜੀ ਹੈ ਉਹ ਕਰ ਰਹੇ ਹਾਂ। ਹੁਣ ਇਸ ਵੇਲੇ ਜਿਹੜੇ ਇਹਨਾਂ ਤੋਂ ਬਰਾਮਦਗੀ ਹੋਈ ਹੈ 2 ਪਿਸਟਲ ਨੇ, 1 30 ਬੋਰ ਦਾ, 1 .32 ਬੋਰ ਦਾ, 10 ਕਾਰਤੂਸ ਨੇ ਔਰ 2 ਜਿਹੜੇ ਖੋਲ ਚੱਲੇ ਹੋਏ ਉਹ ਵੀ ਬਰਾਮਦ ਹੋਏ ਮੌਕੇ ਤੋਂ। 2 ਇੰਜਰਡ ਤੁਹਾਨੂੰ ਮੈਂ ਦੱਸਿਆ ਹੀ ਹੈ ਕਿ ਰਾਹੁਲ ਸਬ ਇੰਸਪੈਕਟਰ ਸਾਡਾ ਔਰ ਰਣਵੀਰ ਜਿਹੜਾ ਇਹਨਾਂ ਅਤੇ ਵੈਸੇ ਆਊਟ ਆਫ ਡੇਂਜਰ ਨੇ। ਜਿਹੜੀ ਅਗਲੀ ਤਫਤੀਸ਼ ਹੈ ਉਹ ਮੌਕੇ 'ਤੇ ਉਦੋਂ ਹੀ DSP ਸਾਹਿਬ ਜ਼ੀਰਕਪੁਰ ਮਿਸਟਰ ਵਿਕਰਮ ਬਰਾੜ, SHO ਜ਼ੀਰਕਪੁਰ, SP ਸਾਹਿਬ। ਹੋਟਲ ਮਾਲਕ ਦਾ ਕੀ ਨਾਮ ਹੈ ਸਰ ਜਿਹਨੇ ਸਾਰਾ? ਦੇਖੋ ਬਦਰ, ਆਪਾਂ ਅਜੇ ਮੈਨੂੰ ਤਾਂ ਉਹਦਾ, ਮੈਂ ਤੁਹਾਡੇ ਕੋਲ ਆਇਆ ਹੀ ਹਾਂ, ਆਪਾਂ ਤੁਹਾਨੂੰ ਦੱਸ ਦਿੱਤਾ ਵੀ ਉੱਥੇ ਖੜੇ ਹੀ ਆਪਾਂ। ਪੁਲਿਸ ਨੇ ਟਰੈਪ ਲਾਇਆ ਸੀਗਾ, ਕਿਸ ਤਰ੍ਹਾਂ ਇਹਨਾਂ ਨੂੰ ਫੜਿਆ ਗਿਆ, ਕਿਸ ਤਰ੍ਹਾਂ ਟਰੈਪ ਲਾਇਆ ਸੀਗਾ ਪੁਲਿਸ ਨੇ ਜਦ ਇੱਥੇ ਆਏ ਸੀਗੇ? ਕੋਈ ਫਰਾਰ ਵੀ ਹੋਇਆ ਨਾ? ਦੱਸਿਆ ਨਾ ਕਿ 11 ਜੁਲਾਈ ਨੂੰ ਸਾਡੇ ਕੋਲ FIR ਦਰਜ ਹੈ ਐਕਸਟੋਰਸ਼ਨ ਦੀ, ਆਰਮਸ ਐਕਟ ਦੀ, ਥ੍ਰੈਟ ਕਰਨ ਦੀ ਔਰ ਪੈਸੇ ਮੰਗਣ ਦੀ। ਉਸ ਸਿਲਸਿਲੇ ਦੇ ਵਿੱਚ ਪੁਲਿਸ ਨੇ ਇੱਥੇ ਟਰੈਪ ਲਾਇਆ ਹੋਇਆ ਸੀ ਅੱਜ। ਇਹ ਜਿਹੜੇ 3 ਬੰਦੇ ਆਏ ਔਰ ਇਹਨੇ ਆਉਂਦੇ ਹੀ ਪਹਿਲਾਂ ਫਾਇਰ ਕਰ ਦਿੱਤਾ ਜਦੋਂ ਦੇਖਿਆ ਵੀ ਅਸੀਂ ਘੇਰ ਗਏ ਹਾਂ ਔਰ ਫਿਰ ਮੁੜ ਕੇ ਪੁਲਿਸ 'ਤੇ ਅਟੈਕ ਕੀਤਾ। ਉਹਦੇ ਜਵਾਬੀ ਫਾਇਰ ਦੇ ਵਿੱਚ ਇਹਨਾਂ ਦਾ ਵੀ ਬੰਦਾ ਇੰਜਰਡ ਹੋਇਆ ਜਿਹਨਾਂ ਨੂੰ ਅਸੀਂ ਮੂਵ ਕਰ ਰਹੇ ਹਾਂ। ਮੁੱਢਲੀ ਟਾਈਮ ਹੈ, ਤੁਹਾਨੂੰ ਵੀ ਪਤਾ ਵੀ ਉਹ ਮੌਕੇ 'ਤੇ ਆਪਾਂ ਸਾਰੇ ਹੁਣੇ ਇਕੱਠੇ ਹੋਏ ਹਾਂ ਔਰ ਸਾਰੀ ਇਹ ਤਫਤੀਸ਼ ਜਿਹੜੀ ਡੀਪਲੀ ਕਰਨਗੇ SP ਸਾਹਿਬ ਵਿਸ਼ਾਲ ਕੁਮਾਰ ਤੇ ਆਸ਼ੀਸ਼ ਰਾਣਾ ਦੂਜੇ ਨੇ, ਬਰਵਾਲਾ ਦੇ ਪੰਚਕੂਲੇ ਦੇ ਰਹਿਣ ਵਾਲੇ ਨੇ। ਉਹਨਾਂ ਨੇ ਇਹੀ ਦੱਸਿਆ ਵੀ ਸਾਨੂੰ ਉੱਥੇ ਤਾਊ ਦੇਵੀ ਲਾਲ ਸਟੇਡੀਅਮ ਕੋਲ ਬੁਲਾਇਆ ਸੀ ਔਰ ਉੱਥੋਂ ਸਾਨੂੰ ਇੱਥੇ ਭੇਜਿਆ ਗਿਆ। ਇਹ ਦਿਸ਼ਾ ਨਿਰਦੇਸ਼ ਸਰ ਹੋਟਲ ਦੇ ਵਿੱਚ ਕਿੰਨੇ ਦਿਨਾਂ ਤੋਂ ਰਹਿ ਰਹੇ ਸੀ? ਅੱਜ ਆਏ ਹੱਬ ਹੈਗਾ ਡੇਰਾ ਬਸੀ ਜੀਰਕਪੁਰ, ਕਾਫੀ ਵੱਡੇ ਬ੍ਰਿਦਰ ਹੈ, ਇਸ ਤਰ੍ਹਾਂ ਦਾ ਮੈਸੇਜ ਸੀ ਕਾਫੀ ਦਿਨਾਂ ਤੋਂ ਚੱਲ ਰਿਹਾ ਹੈ ਚਰੋਲਾਂ ਦੇ ਵਿੱਚ। ਸਿੱਧੂ ਮੂਸੇ ਵਾਲੇ ਦੇ ਮਰਡਰ ਤੋਂ ਬਾਅਦ ਲਗਾਤਾਰ ਇਹ ਚੀਜ਼ਾਂ ਆ ਰਹੀ ਹੈ। ਬੀਜੇਪੀ ਸਾਹਿਬ ਨੇ ਕਿਹਾ ਕਿ ਗੈਂਗਸਟਰ ਤੇ ਡਰੱਗ ਸਟਾਪ ਪ੍ਰਾਇਓਰਟੀ ਦੇ ਪੰਜਾਬ ਐਸਾ ਤੁਹਾਨੂੰ ਟੌਪ ਮਹਾਰਾਜ ਮਾਨਯੋਗ ਸਾਡੇ ਡੀਜੀ ਸਾਹਿਬ, ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਦੇ ਵਿੱਚ ਤੁਸੀਂ ਦੇਖੋ ਪੁਲਿਸ ਨੇ ਕਿੰਨੀ ਬਹਾਦਰੀ ਨਾਲ ਕੰਮ ਕੀਤਾ ਹੈ ਔਰ ਇਮੀਡੀਏਟ ਤੁਹਾਨੂੰ ਰਿਜ਼ਲਟ ਦੇਖ ਰਹੇ ਨੇ। ਇਸ ਤੋਂ ਮੈਂ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ, ਤੁਹਾਨੂੰ ਸਾਰਾ ਗੱਲ ਆਪਣੇ ਆਪ ਪਤਾ ਹੈ। ਬਹੁਤ ਅੱਛਾ ਕੰਮ ਕੀਤਾ ਔਰ ਪੁਲਿਸ ਪਾਰਟੀ ਨੂੰ ਅਸੀਂ ਕਹਿੰਦੇ ਕਿ ਸਾਨੂੰ ਭੱਜ ਗਿਆ ਸਰ ਗੈਂਗਸਟਰ। ਨਹੀਂ ਜੀ, ਕੋਈ ਨਹੀਂ ਭੱਜਿਆ, ਤਿੰਨੋਂ ਕਾਬੂ ਕੀਤੇ ਗਏ ਨੇ ਔਰ ਉਹਨਾਂ ਦੀ ਪੂਰੀ ਡਿਟੇਲ ਤਫਤੀਸ਼ ਹੋਏਗੀ ਔਰ ਤੁਹਾਨੂੰ ਟਾਈਮ ਵੀ ਪੈਣਾ। ਸਰ ਫਰੋਤੀ ਕਿੰਨੀ ਮੰਗੀ ਸੀ? ਸਰ ਫਰੋਤੀ ਕਿੰਨੀ ਮੰਗੀ ਸੀ? ਸਰ ਇਸ ਨੂੰ ਉਸੇ ਲੈਵਲ ਦੇ ਵਿੱਚ ਲੈ ਸਕਦੇ ਹਾਂ ਕਿ ਜਿਸ ਢੰਗ ਦੇ ਨਾਲ ਪੰਜਾਬ ਦੇ ਵਿੱਚ ਵੱਡੇ ਜਿਹੜੇ ਇੰਡਸਟਰੀਸ ਨੇ, ਜਿਹੜੇ ਫਿਲਮ ਇੰਡਸਟਰੀ ਨਾਲ ਜੁੜੇ ਲੋਕ ਨੇ ਜਾਂ ਫਿਰ ਹੋਟਲ ਨੇ, ਇਹਨਾਂ ਨੂੰ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ। ਕਿਆ ਉਸੇ ਸੰਦਰਭ ਦਾ ਮਾਮਲਾ? ਦੇਖੋ, ਇਹ ਕ੍ਰਿਮੀਨਲ ਐਕਟੀਵਿਟੀ ਜਦੋਂ ਤੋਂ ਸਮਾਜ ਚੱਲਿਆ ਉਦੋਂ ਤੋਂ ਚੱਲ ਰਹੀ ਹੈ। ਕੋਈ ਇਹ ਕਦੇ ਪੁਲਿਸ ਪੂਰੀ ਤਰ੍ਹਾਂ ਸਤਰਕ ਹੈ, ਤੁਹਾਨੂੰ ਮੈਂ ਦੱਸਿਆ ਇਸ ਦਾ 11 ਜੁਲਾਈ ਨੂੰ ਇਹ ਚੀਜ਼ ਕਵਰ ਕਰ ਲਈ ਸੀ ਔਰ ਉਸੇ ਦਾ ਨਤੀਜਾ ਕਿ ਪੁਲਿਸ ਨੇ ਅੱਜ ਇੱਕ ਬਾਖੂਬੀ ਆਪਰੇਸ਼ਨ ਨੂੰ ਅੰਜਾਮ ਦਿੰਦੇ ਹੋਏ 3 ਬੰਦੇ ਫੜੇ ਆ ਔਰ ਇਹਨਾਂ ਦਾ ਬਿਲਕੁਲ ਜਿਹੜਾ ਸਾਰਾ ਨਿਊਟਰਲਾਈਜ਼ ਕੀਤਾ ਜਾ ਰਿਹਾ ਹੈ। ਜਿਹੜੀ ਟੀਮ ਹੈ ਉਸ ਤੋਂ ਪਹੁੰਚੀ ਹੈ, ਕਿਸ ਤਰ੍ਹਾਂ ਦੀ ਜਿਹੜੀ ਹੁਣ ਜਾਂਚ ਜਿਹੜੀ ਕੀਤੀ ਹੋਈ?
ਅਸੀਂ FSL ਪੰਜਾਬ ਤੋਂ ਹਾਂ ਡਾਕਟਰ ਅਸ਼ਵਨੀ ਕਾਲੇ ਦੇ ਡਾਇਰੈਕਟਰ ਐਂਡ ਡਾਕਟਰ ਸੰਦੀਪ ਸ਼ਰਮਾ ਜੀ ਅਸਿਸਟੈਂਟ ਡਾਇਰੈਕਟਰ ਬਿਲਕੁਲ ਜੀ ਅਸੀਂ ਇੱਥੇ ਐਗਜ਼ਾਮੀਨੇਸ਼ਨ ਕੀਤਾ ਹੈ ਅਸੀਂ ਦੇਖਿਆ ਕਿ ਜਿਹੜੇ ਦੋ ਫਾਇਰ ਜਿਹੜੇ 0.30 ਪਿਸਟਲ 'ਚ ਹੋਏ ਇੱਕ ਜਿਹੜਾ ਪੁਲਿਸ ਵੱਲੋਂ ਹੋਇਆ ਫਾਇਰ ਉਹ 32 ਗੋਰ ਦਾ ਹੋਇਆ ਕੁਛ ਜਿਹੜੇ ਰੂਮਸ ਦੇ ਵਿੱਚ ਬਲੱਡ ਸਟੇਨਸ ਵਗੈਰਾ ਲੱਗੇ ਜਾਂ ਕੋਲ ਜਿਹੜੇ ਸਾਨੂੰ 32 ਦੇ ਮਿਲੇ ਦੇਖੇ ਅਸੀਂ ਉਹਦੇ ਸਾਰੇ ਅਸੀਂ ਪੁਲਿਸ ਨੂੰ ਹੈਂਡ ਓਵਰ ਕਰਤੇ ਫਾਰ ਫਰਦਰ ਫੋਰੈਂਸਿਕ ਐਗਜ਼ਾਮੀਨੇਸ਼ਨ ਐਂਡ ਇੱਕ ਸਾਨੂੰ ਜਿਹੜਾ 32 ਦਾ ਤੁਹਾਡਾ 0.30 ਦਾ ਜਿਹੜਾ ਵੈਪਨ ਉੱਥੇ ਪਿਆ ਸੀਗਾ ਉਹ ਵੀ ਉੱਥੇ ਜਿਹੜਾ ਵਿਚ ਹੈਜ਼ ਬੀਨ ਸਟੇਟਡ ਟੂ ਹੈਵ ਬੀਨ ਯੂਜ਼ਡ ਬਾਏ ਦਾ ਮਿਸਕਰੀਅੰਟਸ ਟੋਟਲ ਕਿੰਨੇ ਰਾਊਂਡਸ ਤੁਹਾਨੂੰ ਮਿਲੇ ਜੀ ਖੋਲ ਕਿੰਨੇ ਦੋ ਅਸੀਂ 30 ਦੇ ਜੀ ਇੱਕ 32 ਠੀਕ ਹੈ ਇੱਕ ਸ਼ੂਟਰ ਤਿੰਨ ਖੋਲ ਹਾਂ ਡਾਕਟਰ ਸਾਹਿਬ ਪ੍ਰੋਟੋਕੋਲ ਦੇ ਹਿਸਾਬ ਨਾਲ ਕਿਸ ਤਰ੍ਹਾਂ ਦੀ ਤੁਹਾਡੀ ਜਿਹੜੀ ਹੋਗੀ ਰਿਪੋਰਟ ਵਗੈਰਾ ਤੁਸੀਂ ਅੱਗੇ ਸੌਂਪ ਅਸੀਂ ਤਾਂ ਫਿਲਹਾਲ ਤਾਂ ਅਸੀਂ ਐਗਜ਼ਾਮੀਨੇਸ਼ਨ ਟ੍ਰੇਨਿੰਗ ਐਗਜ਼ਾਮੀਨੇਸ਼ਨ ਤੋਂ ਵੀ ਦੇ ਵਾਂਟਡ ਟੂ ਨੋ ਕਿ ਕਿਹੜਾ ਵੈਪਨ ਯੂਜ਼ ਹੋਇਆ ਕਿਹੜੇ ਖੋਲ ਚੱਲੇ ਕਿਸ ਤਰ੍ਹਾਂ ਹੋਇਆ ਜਿਹੜਾ ਹੋਇਆ ਇਨਕਾਊਂਟਰ ਫਰਦਰ ਐਗਜ਼ਾਮੀਨੇਸ਼ਨ ਲਈ ਅਸੀਂ ਜਿਹੜਾ ਵੈਪਨ ਸਾਨੂੰ ਭੇਜਣਗੇ ਕਿ ਉਹਦੇ 'ਚ ਖੋਲ ਚੱਲੇ ਆ ਦੈਟ ਵਿਲ ਬੀ ਐਗਜ਼ਾਮਿਨਡ ਇਨ ਦਾ ਲੈਬੋਰਟਰੀ ਹੋਣਗੇ ਸੋ ਇਸ ਵਕਤ ਜਿਹੜੀ ਕਲੀਅਰ ਕੀਤੀ